ਜਨਾਬ ਰੰਗਪੁਰ ਪੁਲ ਤੁਸੀਂ ਆਏ ਹਾਂ ਜਨਾਬ, ਅਤੇ ਇਹ ਚੈੱਕ ਕਰੋ, ਇਹ ਸਾਰਾ ਪੁਲ ਦਾ ਕੰਮ ਕੰਪਲੀਟ ਹੋਇਆ, ਚੈੱਕ ਕਰ ਸਕਦੇ ਹੋ ਮੁਕੰਮਲ। ਅਤੇ ਉਸ ਤੋਂ ਬਾਅਦ ਬੰਦੇ ਕਾਫੀ ਜ਼ਿਆਦਾ ਜਿਹੜਾ ਨਾ ਪਰੇਸ਼ਾਨ ਨੇ, ਕਿਉਂਕਿ ਰਸਤੇ ਵਿੱਚ ਜਿਹੜਾ ਨਾ ਜਾਣ ਵਾਸਤੇ ਕਾਫੀ ਜ਼ਿਆਦਾ ਪ੍ਰੋਬਲਮ ਹੈ। ਇਸ ਵਾਸਤੇ ਉੱਪਰ ਪੁਲ ਬਣੇ ਹੈ, ਪੁਲ ਹਜੇ ਕੰਪਲੀਟ ਨਹੀਂ ਹੋਇਆ, ਜਿਸ ਟਾਈਮ ਕੰਪਲੀਟ ਹੋਏਗਾ ਨਾ ਪੁਲ ਸਾਰਾ, ਅਤੇ ਫਿਰ ਜਿਹੜਾ ਨਾ ਜ਼ਬਰਦਸਤ ਹੋ ਜਾਏਗਾ ਨਾ ਕੰਮ। ਉਹ ਕਿਸ਼ਤੀ ਲੱਗੀ, ਚੈੱਕ ਕਰ ਸਕਦੇ ਆ ਫਿਲਹਾਲ। ਉਹ ਕਿਸ਼ਤੀ ਜਿਹੜਾ ਨਾ ਮੋਟਰਸਾਈਕਲ ਉੱਪਰ ਇਹਦੇ ਲੱਦਣਾ ਪੈਂਦਾ ਅਤੇ ਪਰਲੀ ਸਾਈਡ 'ਤੇ ਜਾ ਕੇ ਉਤਾਰ ਦਿੰਦਾ, ਠੀਕ। ਕਿੰਨੇ ਰੁਪਏ ਫੀਸ ਹੈ ਨੁਮਾਨ ਸਾਹਿਬ? 50 ਰੁਪਏ। 50 ਰੁਪਏ ਜਨਾਬ, ਉਹ ਦੇਖਿਆ ਕਿਸ਼ਤੀ ਲੈ ਕੇ ਜਾ ਰਹੀ ਹੈ, ਮੋਟਰਸਾਈਕਲ ਇੱਥੋਂ ਜਨਾਬ ਲੋਡ ਕਰ ਦੇਈਏ, ਕਿਸ਼ਤੀ ਲੋਡ ਕਰਕੇ ਹੁਣ ਇਹ ਸਵਾਰੀਆਂ ਜਿਹੜੀਆਂ ਨੇ ਖਲੋਤੀਆਂ, ਹੁਣ ਇਹਨਾਂ ਨੇ ਕਿਸ਼ਤੀ ਉੱਪਰ ਲਈ ਆਉਣਾ, ਪਰੀਆਂ ਵੀ ਉਹਨੇ ਬੰਦੇ ਲੈ ਕੇ ਆਉਣੇ ਨੇ, ਲੋਡ ਕਰਕੇ ਇੱਥੋਂ ਜਨਾਬ ਜਾਏਗੀ। ਅਤੇ ਕਾਰਾਂ ਦਾ ਵੀ ਕੋਈ ਸਿਸਟਮ ਹੈਗਾ ਜਾਂ ਕਾਰਾਂ ਤੋਂ ਬਗੈਰ ਹੀ? ਕਾਰਾਂ ਵੀ ਨਦਾਮ ਵੇਖ ਨੇ, ਮੋਟਰਸਾਈਕਲ ਹੀ ਜੀ, ਕਾਰ ਇੱਥੋਂ ਬਹੁਤ ਮੁਸ਼ਕਲ ਹੈ। ਐਂ ਕਾਰਾਂ ਆਈਆਂ ਨੇ, ਹੁਣ ਵੇਖਦੇ ਹਾਂ ਕਿੰਝ ਲੰਘਦੀਆਂ ਨੇ। ਪੁਲ ਜਨਾਬ ਬਣ ਗਿਆ ਤਾਂ ਬੜੀ ਸਹੂਲਤ ਹੋ ਜਾਣੀ ਹੈ ਆਵਾਮ ਦੀ, ਚੈੱਕ ਕਰ ਸਕਦੇ। ਇਹ ਚੈੱਕ ਕਰੋ ਜੀ, ਸਾਰਾ ਪੁਲ ਬਣਿਆ। ਲਓ ਜਨਾਬ, ਕਿਸ਼ਤੀ 'ਚ ਹੁਣ ਜਿਹੜਾ ਸਵਾਰੀਆਂ ਲੈਣ ਲੱਗੀਆਂ ਨੇ ਬਿਨਾਂ ਮੋਟਰਸਾਈਕਲ ਸਮੇਤ, ਚੈੱਕ ਕਰ ਲਿਓ। 50-50 ਰੁਪਏ ਕਿਸ਼ਤੀ ਵਾਲੀ ਜੀ, ਕਿੰਨੇ ਕੁ ਨਵਾਨ ਸਾਹਿਬ ਦਿਹਾੜੀ ਬਣ ਜਾਂਦੀ ਹੋਵੇ ਦੀ? ਹੁਣ ਤਾਂ ਜਿੱਦਾਂ ਰਸ਼ ਲੱਗਿਆ, ਮੇਰੇ ਹਿਸਾਬ ਨਾਲ ਤਾਂ 10-12 ਹਜ਼ਾਰ ਦੀ ਦਿਹਾੜੀ ਨਹੀਂ ਛੱਡਦਾ ਹੋਣਾ ਦਿਨ ਦੀ। ਕੀ ਹਾਲ ਹੈ? ਇਹ ਚੈੱਕ ਕਰੋ ਜੀ, ਇੰਤਜ਼ਾਰ ਕਰ ਰਹੇ ਨੇ ਕਿ ਸਾਡੀ ਕਿਸ਼ਤੀ ਆਵੇ, ਅਸੀਂ ਉਹ 'ਚ ਮੋਟਰਸਾਈਕਲ ਜਿਹੜਾ ਨਾ ਲੋਡ ਕਰੀਏ ਅਤੇ ਉੱਥੇ ਜਾ ਕੇ ਅਸੀਂ ਲਵੀਏ, ਠੀਕ ਹੈ, ਚੈੱਕ ਕਰ ਸਕਦੇ ਹੋ। ਅਤੇ ਉਹ ਜਿਹੜਾ ਮੋਟਰਸਾਈਕਲ ਤੁਹਾਨੂੰ ਲੈਣ ਦਾ ਵਿਊ ਚੈੱਕ ਕਰਾਉਂਦੇ ਹਾਂ, ਕੈਮਰਾ ਜ਼ੂਮ ਕਿਤੇ ਹੈ। ਅਤੇ ਬਾਕੀ ਪਰਲੀ ਸਾਈਡ ਹੁਣ ਲੋਡ ਵੀ ਹੋਣ ਦੇ ਨਾਲ, ਖਾਲੀ ਇੱਥੋਂ ਲੈਣ ਦੇ ਨਾਲ ਉੱਧਰੋਂ ਲੋਡ ਕਰਕੇ ਫਿਰ ਇੱਧਰ ਲਿਆਵੇਗਾ। ਪਹਿਲਾਂ ਸਟਾਪ ਕਰਨੇ ਵੀ ਤੁਹਾਨੂੰ ਦਿਓ, ਲੋਡ ਨੇ ਉਹ ਵੀ ਚੈੱਕ ਕਰਾਉਂਦੇ ਹਾਂ। ਲਓ ਜਨਾਬ, ਆ ਭੱਟੀ ਵੀ ਚੱਲਾ ਜੇ, ਅਤੇ ਭੱਟੀ 50 ਰੁਪਏ ਦੇਗਾ ਕਿ ਜਾਂ ਫ੍ਰੀ ਜਾਏਗਾ? ਭੱਟੀ ਜਨਾਬ ਵਿੱਚੋਂ ਦੀ ਚੱਲਾ, ਭੱਟੀ 50 ਰੁਪਏ ਨਹੀਂ ਦੇਣ ਲੱਗਾ, ਵਿੱਚੋਂ ਦੀ ਜਾਏਗਾ, ਅਤੇ 50 ਰੁਪਏ ਨਹੀਂ ਦੇਣ ਲੱਗਾ। ਭੱਟੀ 50 ਰੁਪਏ ਦੇ ਦੇ ਤਾਂ ਕਿਸ਼ਤੀ ਜਾ। ਉਹ ਦੇਖੋ ਇਹ ਜਨਾਬ ਭੱਟੀ ਸਾਹਿਬ, ਦੇਖੋ ਇਹਨਾਂ ਨੇ ਲੰਗੋਟਾ ਕਰ ਲਿਆ ਫੁੱਲ, ਅਤੇ ਇਹਨਾਂ ਪੈਸੇ ਨਹੀਂ ਦੇਣੇ ਦੇ, ਵਿੱਚੋਂ ਆਏ ਜਿਹੜਾ ਚਸ ਕਰਾਉਂਦੇ ਭੱਟੀ ਸਾਹਿਬ ਤੁਹਾਨੂੰ ਸਾਰੇ ਵੀਵਰ ਨੂੰ। ਇਹ ਭੱਟੀ ਬੜਾ ਹੁਸ਼ਿਆਰ, ਭੱਟੀ ਵੀ ਉਹ ਪਰੀਆਂ ਦੀ ਹੋ ਕੇ ਨਿਕਲ ਜਾਣਾ ਉੱਚੀ ਉੱਚੀ ਜਗ੍ਹਾ ਤੇ। ਲਓ ਜਨਾਬ, ਕਿਸ਼ਤੀ 'ਚ ਪਾਣੀ ਵੜ ਗਿਆ ਜਨਾਬ, ਇੰਨਾ ਕੁ ਪਾਣੀ, ਉਹ ਹੁਣ ਪਾਣੀ ਕੱਢਣ ਲੱਗਾ ਜਨਾ ਜਣਾ ਜਨਾਬ, ਚੈੱਕ ਕਰ ਸਕਦੇ ਹੋ। ਇਹ ਕਿਸ਼ਤੀ 'ਚ ਪਾਣੀ ਨਿਕਲ ਰਿਹਾ ਅਤੇ ਗੈਲਣਾ ਨਾਲ, ਠੀਕ ਹੈ। ਹੁਣ ਉਧਰੋਂ ਲੋਡ ਕਰੇਗਾ ਬੰਦੇ, ਲਾਹ ਤੇ ਸਵਾਰੀ ਉਹਨੇ ਲਾਹ ਦਿੱਤੀ ਹੈ। ਇਹ ਰਸਤਾ ਬੰਨੇ, ਰਸੇ ਨੂੰ ਖਿੱਚ ਕੇ ਜਿਹੜਾ ਨਾ ਇੱਥੇ ਲੈਂਦੇ ਨੇ ਸਾਰਾ, ਇਹ ਰਸਤਾ ਸਾਰਾ ਬਣਿਆ। ਉਹ ਭੱਟੀ ਚੈੱਕ ਕਰ ਲਾ ਕਿੱਥੇ ਪਹੁੰਚ ਗਿਆ, ਇਹ ਸਵਾਰੀਆਂ ਜਿਹੜੀਆਂ ਨੇ ਖਲੋਤੀਆਂ ਨਮਾਨ ਸਾਹਿਬ ਵਾਲੀਆਂ, ਹੁਣ ਉਧਰੋਂ ਜਿਹੜਾ ਨਾ ਲੋਡ ਹੋਣ ਲਈਆਂ ਨੇ। ਗੱਡੀਆਂ ਕਿਹੜੀਆਂ, ਕਾਰ ਕਿਸ ਤਰ੍ਹਾਂ ਲੰਘਦੀ ਹੋਵੇਗੀ? ਕਾਰ ਸਰ, ਕਾਰ ਦਾ ਤਾਂ ਲੰਘਣ ਦਾ ਚਾਂਸ ਹੀ ਨਹੀਂ ਹੈ। ਇਹ ਕਿੰਨੇ ਕੁ ਦਿਨ ਮੁਸੀਬਤ ਰਹੇਗੀ ਨਮਾਨ ਸਾਹਿਬ? ਸਰਕਾਰ ਕੋਈ 10 ਕੁ ਦਿਨ ਹੋਰ ਲੱਗ ਜਾਣ, 10 ਕੁ ਦਿਨ ਲੱਗ ਜਾਣੇ ਜਨਾਬ, ਕਿਉਂਕਿ ਇਹ ਨਾ ਪੁਲ ਦਾ ਕੰਮ ਹੋ ਗਿਆ ਤਕਰੀਬਨ, ਅਤੇ ਜੇ ਨਮਾਨ ਸਾਹਿਬ ਪੁਲ ਵੀ ਨਾ ਬਣਦਾ ਤਾਂ ਪਹਿਲੇ ਜੋ ਹਾਲ ਸੀ, ਫਿਰ ਕੀ ਹਾਲ ਸੀ ਲੋਕਾਂ ਦਾ, ਪਰੇਸ਼ਾਨੀ ਦਲਾਲਤ ਵੱਖਰੀ। ਅਕਾਸ਼ੀ ਆਏ ਸਾਹਿਬ ਜਾ ਰਹੇ ਨੇ, ਕਿਆ ਹੀ ਬਾਤ ਹੈ, ਮਾਸ਼ਾਅੱਲਾ ਜੀ, ਸਾਡੇ ਕਾਸ਼ ਸਾਹਿਬ ਜਾ ਰਹੇ ਨੇ, ਠੀਕ ਠਾਕ ਗੱਲਾਂ ਤੇ ਬੜੀ ਦਲਾਲਤ ਹੈ। ਇਨਸ਼ਾਅੱਲਾ 10 ਕੁ ਦਿਹਾੜੇ ਤੱਕ ਵੀ ਕੰਮ ਹੱਲ ਹੋ ਜਾਏਗਾ, ਚੈੱਕ ਕਰ ਸਕਦੇ ਹੋ।
ਚਲੋ ਹੁੰਦੇ ਮਲਕ ਸਾਹਿਬ ਨੇ 50 ਰੁਪਏ ਬਚਾਏ ਨੂੰ ਕਿਸ਼ਤੀ ਆ ਲੈਣਾ ਸਰਕਾਰ ਤੁਹਾਨੂੰ ਵੀਵਰ ਸਾਰਿਆਂ ਨੂੰ ਫਿਰ ਦਿਖਾ ਕੇ ਤੇ ਫੇਰ ਹੀ ਚੱਲ ਲੈਣਾ ਡੂੰਗਾ ਹੋ ਗਿਆ ਵਾਵਾ ਡੂੰਗਾ ਹੈ ਤਾਂ ਹੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਯਾਰ ਨਮਾਨ ਪੁੱਲ ਨੀਵਾਂ ਬਣਾ ਦਿੱਤਾ ਨੇ ਮੇਰੇ ਹਿਸਾਬ ਨਾਲ ਕਿਆ ਕਾਰਨ ਸਾਹਿਬ ਮੈਨੂੰ ਲਿਆਓ ਹਾਂ ਮੈਨੂੰ ਲਿਆ ਅੱਛਾ ਠੀਕ ਲਓ ਜਨਾਬ ਉਹ ਪੱਟੀ ਦੇ ਦੱਸਿਆ ਨਾ 50 ਰੁਪਏ ਬਚਾਏਗਾ ਮੋਟਰਸਾਈਕਲ ਵਾਲੇ ਵੀ ਜਾ ਸਕਦੇ ਨੇ ਮੋਟਰਸਾਈਕਲ ਵਾਲੇ ਐਡੇ ਲੋਕਾਂ ਨੂੰ ਬੜੇ ਆਲਕੀ ਉਹਨਾਂ ਨੇ ਪੱਟੀ ਦੇ ਕਿੰਨਾ ਕਿੰਨਾ ਡੁੱਬੇ ਆ ਪੱਟੀ ਵਾਕਈ ਉਹ ਪੱਟੀ ਢੇਰ ਡੁੱਬੇ ਆ ਲੋ ਜਨਾਬ ਵੀਵਰ ਤੁਹਾਨੂੰ ਪੱਟੀ ਦਿਖਾਉਂਦੇ ਕਿੰਨਾ ਕਿੰਨਾ ਡੁੱਬੇ ਆ ਇਹ ਉਹ ਚੈੱਕ ਕਰੋ ਕੱਪੜੇ ਗਿੱਲੇ ਗਿੱਲੇ ਨਜ਼ਰ ਆ ਰਹੇ ਤੁਹਾਨੂੰ ਜਨਾਬ ਇੰਨਾ ਇੰਨਾ ਡੂੰਘਾ ਪਾਣੀ ਬੰਦੇ ਦੇ ਲੱਖ ਲੱਖ ਤੱਕ ਲੋ ਜੀ ਪਾਣੀ ਨਿਕਲ ਗਿਆ ਮੋਟਰਸਾਈਕਲ ਹੁਣ ਲੋਡ ਹੋ ਰਹੇ ਨੇ ਤੇ ਉਹ ਸਵਾਰੀਆਂ ਇੱਧਰ ਲਿਆ ਕੇ ਆਏਗਾ ਫਿਰ ਇਹ ਲੈ ਕੇ ਜਾਏਗਾ ਇੱਥੇ ਜਨਾਬ ਖੇਡ ਸਾਰੀ ਅਜੀ ਸ਼ੁਕਰ ਕਰੋ ਇਹਨਾਂ 50 ਰੁਪਏ ਰੱਖਿਆ ਜੇ 100 ਰੁਪਏ ਰੱਖਦਾ ਫਿਰ ਵੀ ਮਾਮ ਨੇ ਦੇਣੇ ਹੀ ਦੇਣੇ ਸੀ ਕੀ ਖਿਆਲ ਹੈ ਨਹੀਂ ਤੂੰ ਰਾਹ ਕਿਹੜਾ ਫਿਰ ਵਾਪਸ ਜਾਣਾ ਪੈਣਾ ਜਿਲਾ ਰੁਪਏ ਕਸ਼ਤੀ ਵਾਲੇ ਦਾ ਨਿਜ਼ਾਮ ਚੰਗਾ ਨਹੀਂ ਲੱਗਿਆ ਟੁੱਟ ਜਾਣਾ ਚਾਹੀਦਾ ਹੈ ਕਿਹਨੂੰ ਵਾਲਾ